Regarde-t-il son été. Thank you.
avete sonnetteri.
गावत सुनते कमावत निहार, गावत सुनते कमावत निहार, निहार निहार Shit!
ਪੁੱਛਤ ਪਥਕ ਤੇ ਮਾਰਗ ਨਾ ਧਰੇ ਪਾਗ ਮੁਸਾਫਰ ਕੋ ਰਾਹ ਪੁੱਛਦਾ ਤਾਂ ਜਿੰਦੇ ਕੋਲ ਪੁੱਛਦਾ ਹੈ ਦੱਸ ਵੀ ਰਿਹਾ ਬੋਲ ਰਿਹਾ ਆਖਰ ਉਹ ਬੋਲ ਰਿਹਾ ਤੇ ਸੁਣਨ ਵਾਲਾ ਸੁਣ ਵੀ ਰਿਹਾ ਪਰ ਕਿਸੇ ਦਾ ਰਾਹ ਦੱਸਣਾ ਕਿਸੇ ਦਾ ਸੁਣ ਲੈਣਾ ਕੋਈ ਮੰਜ਼ਿਲ ਥੋੜਾ ਜੇ ਆਖੀਏ ਵੀ ਕਿਸੇ ਦੇ ਕਹਿਣ ਨਾਲ ਕਿਸੇ ਨੂੰ ਮੰਜ਼ਿਲ ਮਿਲ ਗਈ ਬਿਲਕੁਲ ਨਹੀਂ ਜਾਂ ਸੁਣਨ ਨਾਲ ਕਿਸੇ ਨੂੰ ਮੰਜ਼ਿਲ ਮਿਲ ਗਈ ਬਿਲਕੁਲ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉੱਤਰ ਇੱਕ ਲਫ਼ਜ਼ ਆਇਆ ਗੁਰੂ ਕਹਿੰਦੇ ਨੇ ਹਰ ਕਾ ਮਾਰਗ ਗੁਰਸੰਤ ਬਤਾਇਓ ਰੱਬ ਤੱਕ ਪਹੁੰਚ ਇੱਕ ਮੰਜ਼ਿਲ ਹੈ ਪ੍ਰਭੂ ਦਾ ਮਿਲਾਪ ਉਹਦੀ ਸੋਝੀ ਉਹਨੂੰ ਜਾਣਨਾ ਇੱਕ ਮੰਜ਼ਿਲ ਹੈ ਤੇ ਉਹ ਮੰਜ਼ਿਲ ਇੰਨੀ ਉੱਚੀ ਹੈ ਜਿੰਨਾ ਉਹ ਆਪ ਉੱਚਾ ਹੈ ਆਪਾਂ ਰੋਜ਼ ਪੜ੍ਹਨੇ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾ ਹੋ ਨਾਲ ਅਗਲੇ ਪਾਸੇ ਲਫ਼ਜ਼ ਨੇ ਇਹ ਬਟ ਉੱਚਾ ਹੋਵੇ ਕੋਈ ਸੂਚੇ ਕੋ ਜਾਣੇ ਸੋਏ ਹੁਣ ਉਹਦਾ ਰਾਹ ਗੁਰੂ ਦੱਸ ਰਿਹਾ ਤੇ ਏਡੀ ਕਿਹੜੀ ਅਜੀਬ ਗੱਲ ਹੈ ਬਖਸ਼ਿਸ਼ ਹੈ ਗੁਰੂ ਦੀ ਕਿ ਉਹ ਮੇਰਾ ਰਾਹ ਦੱਸ ਨਹੀਂ ਰਿਹਾ ਉਹਦੇ ਤੇ ਚੱਲਣ ਦਾ ਤਰੀਕਾ ਵੀ ਦੱਸ ਰਿਹਾ ਇਹ ਗੱਲ ਉਸ ਤੋਂ ਅਗਲੀ ਹੈ ਕਿਸੇ ਨੂੰ ਅਸੀਂ ਰਾਹ ਪੁੱਛੀਏ ਤੇ ਉਹ ਸਾਨੂੰ ਸਿਰਫ ਰਾਹ ਹੀ ਨਾ ਦੱਸੇ ਰਸਤੇ ਦੀਆਂ ਔਕੜਾਂ ਸੁੱਖ ਦੁੱਖ ਪਰੇਸ਼ਾਨੀਆਂ ਜਾਂ ਰਸਤੇ ਦੀਆਂ ਸਹੂਲਤਾਂ ਕਿੱਥੇ ਕਿੱਥੇ ਸਰਾਂ ਹੈ ਕਿੱਥੇ ਤੈਨੂੰ ਰੋਟੀ ਮਿਲ ਸਕਦੀ ਹੈ ਕਿੱਥੇ ਤੈਨੂੰ ਪਨਾਹ ਮਿਲ ਸਕਦੀ ਇਹ ਸਾਰੀ ਗੱਲ ਵੀ ਸਮਝਾ ਦੇਵੇ ਇਹ ਉਸ ਤੋਂ ਅਗਲੀ ਗੱਲ ਮੇਰਾ ਰਾਹ ਦੱਸਣਾ ਹੀ ਸਭ ਕੁਝ ਨੇ ਉਹਨੂੰ ਚੱਲਣ ਦਾ ਤਰੀਕਾ ਵੀ ਦੱਸੇ ਇਹ ਗੁਰੂ ਦੀ ਰਹਿਮਤ ਹੈ ਗੁਰੂ ਕਹਿੰਦੇ ਨੇ ਹਰ ਕਾ ਮਾਰਗ ਗੁਰਸੰਤ ਬਤਾਇਓ ਤੇ ਮੇਰਾ ਮਾਰਗ ਨਹੀਂ ਬਤਾਇਆ ਗੁਰਚਾਲ ਦਿਖਾਲੀ ਹਰ ਚਾਲ ਗੁਰੂ ਚਾਲ ਵੀ ਦੱਸਦਾ ਕਿਸ ਢੰਗ ਨਾਲ ਚੱਲਣਾ ਹੈ ਕਿਸ ਸਪੀਡ ਨਾਲ ਚੱਲਣਾ ਹੈ ਤਾਂ ਕਿ ਅੰਧੇਰਾ ਹੋਣ ਤੋਂ ਪਹਿਲਾਂ ਤੂੰ ਪਹੁੰਚ ਜਾਏ ਤੇਰੇ ਜੀਵਨ ਦੀ ਸ਼ਾਮ ਜਦੋਂ ਪਵੇ ਨਾ ਆਥਣ ਪਵੇ ਤੂੰ ਪਹਿਲਾਂ ਤੂੰ ਪਹੁੰਚ ਜਾਏ ਐਸਾ ਨਾ ਹੋਵੇ ਕਿ ਤੇਰੇ ਸਫ਼ਰ ਵਿੱਚ ਹੀ ਤੇਰੇ ਜੀਵਨ ਦੀ ਸ਼ਾਮ ਪੈ ਜਾਏ ਇਹ ਵੀ ਤਾਂ ਸ਼ਾਮ ਹੈ ਬੁਢੇਪਾ ਇੱਕ ਸ਼ਾਮ ਹੈ ਮੌਤ ਇੱਕ ਅੰਧੇਰਾ ਹੈ ਹਰ ਜੀਵਨ ਵਿੱਚ ਸ਼ਾਮ ਪੈਂਦੀ ਹਰ ਜੀਵਨ ਵਿੱਚ ਅੰਧੇਰਾ ਪੈਂਦਾ ਤੇ
ਮਨੁੱਖ ਦਾ ਪੜ੍ਹਦੀ ਦਾ ਇੱਕ ਖਿਆਲ ਹੁੰਦਾ ਹੈ ਕਿ ਅੰਧੇਰੇ ਪੈਣ ਤੋਂ ਸ਼ਾਮ ਪੈਣ ਤੋਂ ਪਹਿਲਾਂ ਮੈਨੂੰ ਮੰਜ਼ਿਲ ਮਿਲ ਜਾਏ। ਤੇ ਇੱਥੇ ਵੀ ਉਹੀ ਜੀਵਨ ਪਾਉ ਗਈ ਹੈ ਦੇਖਾਂ। ਜੇ ਸੱਚਮੁੱਚ ਜੀਵਨ ਮਿਲਾਪ ਲਈ ਮਿਲਿਆ, ਗੋਬਿੰਦ ਬਿਲਨ ਕੀ ਹੈ ਤੇਰੀ ਬਰੀਆ, ਜੇ ਮਿਲਾਪ ਲਈ ਮਿਲਿਆ ਤੇ ਕਿਤੇ ਐਸਾ ਨਾ ਹੋਵੇ ਜੀਵਨ ਰਾਹ ਵਿੱਚ ਹੀ ਖਤਮ ਹੋ ਜਾਏ, ਜੀਵਨ ਮੁੱਕ ਜਾਏ, ਮੰਜ਼ਿਲ ਮਿਲੇ ਨਾ। ਇਸ ਲਈ ਗੁਰੂ ਕਿੰਨੀ ਰਹਿਮਤ ਕਰਦਾ ਉਹ ਚਾਲ ਵੀ ਸਮਝਾਉਂਦਾ ਹੈ। ਹਕਾ ਮਾਰਿਕ ਗੁਰਸੰਤ ਬਤਾਇਓ, ਗੁਰ ਚਾਲ ਦਿਖਾਲੀ ਹਰ ਚਾਲ। ਫਿਰ ਇਹ ਨਹੀਂ ਵੀ ਸਿਰਫ ਚਾਲ ਦੱਸਦਾ ਹੀ ਹੈ, ਆਪ ਚੱਲ ਕੇ ਦਿਖਾਉਂਦਾ, ਕਹਿੰਦਾ ਮੇਰੇ ਪਿੱਛੇ ਤੋਂ। ਆਪਾਂ ਰੂਪ ਪੜ੍ਹਨੇ ਆ ਨਾ ਗੁਰਸਿੱਖ ਮੀਤ, ਚਲੋ ਗੁਰ ਚਾਲ ਗੁਰ ਦੇ ਪਿੱਛੇ ਲੱਗ ਕੇ ਚਲੋਂਦਾ, ਜੋ ਚਾਲ ਉਹ ਸਮਝਾਏ ਉਸ ਚਾਲ ਨਾਲ ਚੱਲਣ। ਕਹਿਣ ਲੱਗੇ ਗੁਰਚਾਲ ਦਿਖਾਈ ਹਰ ਚਾਲ, ਪਰ ਮਨੁੱਖ ਦਾ ਕੀ ਸੁਭਾਅ ਹੋ ਗਿਆ, ਇਹ ਚਾਲ ਸੁਣ ਵੀ ਲੈਂਦਾ ਹੈ, ਦੇਖ ਵੀ ਲੈਂਦਾ ਹੈ, ਉਹਦਾ ਸਮਝਾਇਆ ਹੋਇਆ ਗੱਲ ਸ਼ਬਦ ਸੁਣ ਵੀ ਲੈਂਦਾ ਹੈ, ਪਰ ਪ੍ਰੈਕਟੀਕਲ ਸ਼ੇਪ ਨਹੀਂ ਦਿੰਦਾ। ਆਪਣੀ ਰਸਤਾ ਤੋਂ ਦੇਖਣਾ ਹੀ, ਜਦੋਂ ਮੈਂ ਇਸ ਪਾਸ ਚੱਲਦਾ ਹੈ ਕਿੰਨੇ ਬਾਣੀ ਅੰਦਰ ਕਿੰਨਾ ਕੁਝ ਸਮਝਾ ਦਿੱਤਾ। ਆਪਾਂ ਰੋਜ਼ ਪੜ੍ਹਨੇ ਔਰ ਸਾਡੇ ਜੀਵਨ ਵਿੱਚ ਉਹ ਸ਼ਬਦਾਵਲੀ ਅਕਸਰ ਆਉਂਦੀ ਰਹਿੰਦੀ ਹੈ। ਗੁਰੂ ਨੇ ਆਖਿਆ ਕਹਿਣ ਲੱਗੀ ਐਬ ਤਨ ਚਿਕੜੋ, ਐਬ ਤਨ ਚਿਕੜੋ, ਇਹ ਮਨ ਮੀਟ ਕੋ ਕਮਲ ਕੀ ਸਾਰ ਨਹਿ ਮੂਲ ਪਾਈ। ਇਹ ਮਨ ਡੱਡੂ ਚਿੱਕੜ ਵਿੱਚ ਇੰਨਾ ਫਸ ਗਿਆ ਕਿ ਇਹਨੂੰ ਕਮਲ ਦੀ, ਆਪਣੀ ਮੰਜ਼ਿਲ ਦੀ, ਆਪਣੇ ਪ੍ਰਭੂ ਦੀ ਸਾਰੀ ਨਹੀਂ ਰਹੀ, ਚੇਤਾ ਹੀ ਨਹੀਂ ਰਿਹਾ। ਇਹ ਨਹੀਂ ਕਿ ਉਹ ਸਮਝਾਉਂਦਾ ਨੇ ਨਾਲ ਨਾਲ ਲਾਈਨਾਂ ਜਦੋਂ ਸਵੇਰੇ ਸਾਹਮਣੇ ਆਉਂਦੀ ਹੈ। ਕਹਿਣ ਲੱਗੇ ਐਬ ਤਨ ਚਿੱਕੜੋ, ਇਹ ਮਨ ਮੇਂਢਕੋ ਕਮਲ ਕੀ ਸਾਰ ਨੇ ਮੂਲ ਪਾਈ। ਜਿਹੜਾ ਜੀਵਨ ਵਿੱਚ ਐਬ ਬੁਰਾਈਆਂ ਨੇ ਉਹ ਚਿੱਕੜ ਬਣ ਚੁੱਕੀਆਂ ਨੇ, ਵਿਕਾਰ ਨੇ ਚਿੱਕੜ ਬਣ ਚੁੱਕੇ ਨੇ, ਮਨ ਉਹਨਾਂ ਵਿੱਚ ਫਸ ਗਿਆ। ਕਮਲ ਦੇ ਆਪਣੇ ਪ੍ਰਭੂ ਦੇ ਪਿਆਰੇ ਦੀ ਪਛਾਣ ਹੀ ਨਹੀਂ ਰਹੀ, ਉਹਦੀ ਮੰਜ਼ਿਲ ਕੀ ਹੈ, ਉਹਦਾ ਟਿਕਾਣਾ ਕੀ ਹੈ, ਉੱਥੇ ਕਿਵੇਂ ਪਹੁੰਚਣਾ ਹੈ, ਮਿਲਾਪ ਦੀ ਕਿਹੜੀ ਘੜੀ ਹੈ, ਮਨੁੱਖ ਸੋਚਣ ਪਿਆ ਹੋਇਆ। ਕਹਿਣ ਲੱਗੇ ਇਹ ਨਹੀਂ ਕਿ ਕੋਈ ਸਮਝਾਉਂਦਾ ਨਹੀਂ, ਕਹਿਣ ਲੱਗੇ ਭੌਲ ਉਸਤਾਦ ਨਿਤ ਭਾਖਿਆ ਬੋਲੇ। ਭਾਵੇਂ ਦੂਰ ਉੱਡ ਕੇ ਆਉਂਦਾ ਤੇ ਉਸ ਕਮਲ ਫੁੱਲ ਦੇ ਨੇੜੇ ਆ ਕੇ ਗੁੰਜਾਰ ਪਾਉਂਦਾ, ਬੋਲਦਾ ਤੇ ਗੁਰੂ ਕਹਿੰਦੇ ਨੇ ਉਹਦਾ ਬੋਲਣਾ ਗੁਰੂ ਨਾਲ ਪਰ ਸ਼ਬਦ ਸ਼ਬਦ ਹੈ। ਕਹਿੰਦੇ ਨੇ ਭਾਰਤ ਦਾ ਬੋਲਣਾ ਕੀ ਹੈ, ਉਹ ਆਪਣੇ ਲਈ ਨਹੀਂ ਬੋਲਦਾ, ਉਹ ਕਮਲ ਫੁੱਲ ਨਹੀਂ ਬੋਲਦਾ, ਉਹ ਡੱਡੂ ਲਈ ਬੋਲਦਾ। ਉਹਨੂੰ ਸਮਝਾਉਂਦਾ ਆਪਣੇ ਚਿੱਕੜ ਵਿੱਚ ਕਿਉਂ ਫਸਿਆ ਹੋਇਆ, ਉੱਪਰ ਨਿਗਾਹ ਬਾਹਰ ਹੈ ਪਰ ਬੁੱਝਦਾ ਹੀ ਨਹੀਂ। ਡੱਡੂ ਚਿੱਕੜ ਵਾਸ ਹੈ ਕਮਲ ਨਾ ਸਿੰਘਾਣੇ, ਭਾਈ ਗੁਰਦਾਸ ਜੀ ਕਹਿੰਦੇ ਉਹ ਦੇਖਦਾ ਹੀ ਨਹੀਂ, ਆਖਣ ਸੁਣ ਨਾ ਪਾਉਣ ਕਿ ਬਾਣੀ ਅਗਲੀ ਲੈ ਜਾ। ਕਹਿਣ ਲੱਗੇ ਭਾਵਰ ਉਸਤਾਦ ਨਿਤ ਭਾਖਿਆ ਬੋਲੇ, ਕਿਉਂ ਬੁੱਝੇ ਜਾਣੇ ਬੁਝਾਈ। ਉਹਦੇ ਵਾਸਤੇ ਤਾਂ ਆਖਣ ਸੁਣਨਾ ਪਾਉਣ ਕੀ ਬਾਣੀ, ਹੁਣ ਇੱਥੇ ਆ ਕੇ ਰੁਕਣਾ, ਫਿਰ ਗਾਵਿਆ ਸੁਣਿਆ ਦਾ ਕੀ ਮਤਲਬ ਰਹਿ ਗਿਆ।
Ucrajina. Po jertë me redje. Gabja sunia. Ti një ka hartaj, për veda suala, kara u bja. O, të di mika Mario. Sardi am zindri e te një kroti gabe sunete. Gabja vi gjarë e. Brune bari vëtë grute i bahadar pashka ji në e klëfëz kërë. ਕਹਿਣ ਲੱਗੇ ਗੁਰਮਤ ਸੁਣ ਕੱਛ ਗਿਆਨ ਨਾ ਉਪਜਿਓ ਕਹਿੰਦੇ ਹੇ ਪ੍ਰਭੂ ਕੌਣ ਉਪਾਉ ਕਰੋ ਮੈਂ ਸੋਚੀ ਪਿਆ ਹੋਇਆ ਕਿਹੜਾ ਉਪਾਅ ਕਰਾਂ ਕਿ ਮੇਰੇ ਮਨ ਦੀ ਚਿੰਤਾ ਖਤਮ ਹੋ ਜਾਏ ਮੇਰੇ ਮਨ ਦਾ ਧੋਖਲਾ ਖਤਮ ਹੋ ਜਾਏ ਮੈਂ ਜੋ ਕੁਝ ਦੇਖ ਰਿਹਾ ਉਹਦੇ ਤੇ ਮੈਨੂੰ ਵਿਸ਼ਵਾਸ ਨਹੀਂ ਧੋਖਲਾ ਤੇ ਇਹੀ ਹੈ ਨਾ ਵੀ ਮਨੁੱਖ ਕਰੀ ਜਾਏ ਪਰ ਪਤਾ ਨਾ ਹੋਵੇ ਪ੍ਰਵਾਨ ਹੋਣਾ ਕਿ ਨਹੀਂ ਹੋਣਾ ਇੱਕ ਖਿਆਲ ਕਰਿਓ ਜਦੋਂ ਧੋਖਲਾ ਖਤਮ ਹੁੰਦਾ ਹੈ ਤਾਂ ਮਸਲਨ ਸਵਾਲ ਖਤਮ ਹੋ ਜਾਂਦੇ ਨੇ ਸਵਾਲ ਉਨੀ ਦੇਰ ਹੁੰਦੇ ਨੇ ਜਿੰਨੀ ਦੇਰ ਵਿਸ਼ਵਾਸ ਨਹੀਂ ਹੁੰਦਾ ਜੋ ਕੁਝ ਮੈਂ ਕਰ ਰਿਹਾ ਮੈਨੂੰ ਪਤਾ ਉਹਨੂੰ ਕੋਈ ਸਮਝਾਉਣ ਦੀ ਕੋਸ਼ਿਸ਼ ਵੀ ਕਰੋ ਕਹਿੰਦਾ ਮੈਨੂੰ ਪਤਾ ਹੈ ਦੁਬਾਰਾ ਨਾ ਦੁਹਰਾ ਮੈਂ ਜਾਣ ਲਿਆ ਮੈਂ ਇੱਕ ਵਾਰੀ ਸਮਝ ਲਿਆ ਪਰ ਗੁਰੂ ਕਹਿੰਦੇ ਨੇ ਜਿਹੜਾ ਮਨੁੱਖ ਦੇ ਅੰਦਰ ਰੋਜ਼ ਸਵਾਲ ਪੈਦਾ ਹੋ ਰਹੇ ਨੇ ਬਾਣੀ ਪੜ੍ਹ ਕੇ ਨਿਤਨੇਮ ਕਰਕੇ ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਅਰਦਾਸ ਕਰਕੇ ਫਿਰ ਸਵਾਲ ਪੈਦਾ ਹੋ ਰਹੇ ਨੇ ਇਹਦਾ ਮਤਲਬ ਇਹਨਾਂ ਸਾਰੀਆਂ ਚੀਜ਼ਾਂ ਦਾ ਹਜੇ ਉਹਨੂੰ ਪਤਾ ਨਹੀਂ ਮੈਂ ਕੀ ਕਰ ਰਿਹਾ ਪ੍ਰਵਾਨ ਹੈ ਕਿ ਨਹੀਂ ਗੁਰੂ ਨੇ ਆਖਿਆ ਕਹਿਣ ਲੱਗੇ ਮੈਂ ਦੇਖਦਾ ਕੀ ਹਾਂ ਕੌਣ ਉਪਾਅ ਕਰੇ ਜੇ ਵਿਦ ਮਨ ਕੋ ਸੰਸਾ ਚੁੱਕੇ ਮਨ ਦਾ ਤੋਖਲਾ ਚਿੰਤਾ ਖਤਮ ਹੋ ਜਾਵੇ ਪਹਾੜੇ ਦੇ ਪਾਰ ਭਰੋ ਜਿਸ ਚੀਜ਼ ਦਾ ਮੈਨੂੰ ਡਰ ਹੈ ਉਹ ਹੈ ਪਹਾੜੇ ਦੇ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਲਫ਼ਜ਼ ਦੋ ਵਾਰੀ ਦੋ ਰੂਪਾਂ ਕਈ ਵਾਰੀ ਦੋ ਰੂਪਾਂ ਵਿੱਚ ਆਇਆ ਕਈ ਥਾਂ 'ਤੇ ਹੈ ਪਹਾੜ ਕਈ ਥਾਂ 'ਤੇ ਹੈ ਪਹਾੜ ਨਿਧ ਕਹਿੰਦੇ ਨੇ ਖਜ਼ਾਨਾ ਨਿਧਾਨ ਸਾਗਰ ਪਾਣੀ ਦਾ ਖਜ਼ਾਨਾ ਤੇ ਭਾਵੋ ਕਹਿੰਦੇ ਨੇ ਡਰ ਨੂੰ ਭਾਵ ਕਹਿੰਦੇ ਨੇ ਜਨਮ ਨੂੰ ਭਾਵ ਦਾ ਅਰਥ ਹੈ ਜਨਮ ਤੇ ਭਾਵ ਦਾ ਅਰਥ ਹੈ ਡਰ ਤੇ ਦੋਨੋਂ ਲਫ਼ਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਵਾਰ ਆਏ ਨੇ ਕਈ ਥਾਂ 'ਤੇ ਭਾਵ ਨਿਰ ਕਈ ਥਾਂ 'ਤੇ ਭਾਵੋ ਨਿਰ ਜਿੱਥੇ ਭਾਵੋ ਨਿਰ ਹੈ ਉੱਥੇ ਹੈ ਮੈਂ ਐਸੇ ਘਰ ਵਿੱਚ ਆ ਗਿਆ ਜਿੱਥੇ ਡਰ ਹੀ ਡਰ ਹੈ ਹਰ ਪਾਸੇ ਡਰ ਹੈ ਕੁਕਰਮਾਂ ਦਾ ਵਿਕਾਰਾਂ ਦਾ ਆਪਣਿਆਂ ਦਾ ਵਿਗਾੜਿਆਂ ਦਾ ਰੋਗਾਂ ਦਾ ਭੁੱਖ ਦਾ ਗਰੀਬੀ ਦਾ ਹਰ ਪਾਸੇ ਡਰ ਮਨੁੱਖ ਨਾ ਦਿਨੇ ਕਿਸੇ ਨਿਡਰਤਾ ਨਾਲ ਕਰਮ ਕਰ ਸਕਦਾ ਨਾ ਰਾਤ ਨੂੰ ਨਿਡਰਤਾ ਨਾਲ ਸੌਂ ਸਕਦਾ ਇਸ ਲਈ ਰਾਤ ਨੂੰ ਸੌਣ ਲੱਗਿਆਂ ਵੀ ਇਸਨੂੰ 50 ਆਪਣੇ ਆਪ ਨੂੰ ਸਿਕਿਓਰ ਕਰਨ ਲਈ ਸਾਧਨ ਚਾਹੀਦੇ ਨੇ ਕਿਉਂਕਿ ਡਰ ਦੀ ਧਰਤੀ ਹੈ ਇਸ ਲਈ ਕਹਿਣ ਲੱਗੇ ਸੰਸਾਰ ਪਾਉ ਨਿਤ ਹੈ ਡਰ ਹੈ ਸਤਿਗੁਰ ਨੇ ਬਾਣੀ ਅੰਦਰ ਇਸੇ ਲਈ ਕਲਪਨ ਕਰਤਾ ਸਗਲਿਆਂ ਪਾਉ ਲਿਖਿਆ ਸਿਰ ਲੇਖ ਸਾਰਿਆਂ ਦੇ ਮੱਥੇ ਤੇ ਭਾਉ ਲਿਖਿਆ ਗਿਆ ਬਾਕੀ ਚੀਜ਼ਾਂ ਤਾਂ ਭਾਵੇਂ ਰਹਿ ਗਈਆਂ ਹਰਕ ਦੀਆਂ ਆਪਣੀਆਂ ਆਪਣੀਆਂ ਨੇ ਹਰ ਕਿਸਮ ਦੇ ਕਰਮ ਆਪਣੇ ਹਰਕ ਦੇ ਭਾਗ ਆਪਣੇ ਆਪਣੇ ਨੇ ਪਰ ਗੁਰੂ ਕਹਿੰਦੇ ਨੇ ਇੱਕ ਭਾਗਾਂ ਵਿੱਚ ਲਫ਼ਜ਼ ਐਸਾ ਹੈ ਜਿਹੜਾ ਸਾਰਿਆਂ ਦੇ ਲਿਖਿਆ ਗਿਆ ਉਹ ਹੈ ਭਾਉ ਜਿਹੜਾ ਵੀ ਇੱਥੇ ਆਇਆ ਕਿਉਂਕਿ ਭਾਉ ਨੇ ਦੇ ਵਿੱਚ ਆ ਗਿਆ ਇਸ ਲਈ ਭਾਉ ਲਿਖਿਆ ਗਿਆ ਮੱਥੇ ਤੇ ਸਗਲੇ ਭਾਉ ਲਿਖਿਆ ਸਿਰਲੇਖ ਸਾਂਝਾ ਕਹਿੰਦੇ ਨੇ ਮੈਂ
ऐसे संसार विच आ गया जिहड़ा बहुनित है, जिथे कदी मैं मेरी चिंता मेरे शंके मेरे मन दे तोखले खत्म नहीं हो रहे, इवन गुरुद्वारे जाके भी बाणी पढ़ के भी नहीं हो रहे। अजीब गल है ये नहीं भी, जेड़े गुरमत नहीं सुनते, जेड़े गुरुद्वारे नहीं आते, जेड़े कीर्तन नहीं सुनते, उन्होंने ही ये धार्मिक तोखले ने बिल्कुल ने, जेड़े आते ने उन्होंने भी तोखले ने। क्यों प्राणी कौन उपाय करो, केड़ा उपाय करो, जैवद मन को संसार चुप के पौड़ित पार करो। अगले पास एक लफज ने कह लगी गुरुद्वारे आके बाणी सुन के बाणी पढ़ के भी जे तोखला नहीं खत्म होया तो उनका कारण की? जवाब है गुरमत सुन, अपना सब कुछ गुरमत ही सुनन सुनान तक सीमित। जेड़ा गुरुद्वारे जांदा है वो आखिर गुरमत सुनन वास्ते जांदा, जेड़ा गुरमत वा सुनन वास्ते नहीं जांदा उहदा तां आया ना आया बराबर। गुरु ने अर्थ दिता केड़े स्पष्ट लफ्ज़ां विच, कहन लगे गुरमत सुन कछ ज्ञान ना उपजयो। कह लगे मैं गुरमत सुनना पर सुनी अनसुनी कर देना, उन्दे विचों मैनू कुछ ज्ञान नहीं मिल रहा, जीवन का रस्ता नहीं मिल रहा, मंजिल रस्ता नहीं मिलिया, उन्हों मंजिल किवें मिलेगी? पर मनुख की हालत यह है गुरमत सुन तछ ज्ञान ना उपजे। क्यों ज्ञान क्यों नहीं उपज रहा? क्योंकि गुरमत दरवाजे तो बाहर खड़ी कर देता है, मन विच प्रवेश ही नहीं होने देता। अगली लाइन ने स्पष्ट कर दिता, कह लगी हर का मार्ग गुर सं चाल दिखा ली हर चाल। नारी गल ये आख दी अंतर कपट चुकाओ मेरे गुर सिखो। अगली लाइन गुरमत दस रहे गुरु, पर जे गुरमत सुन के ज्ञान नहीं पैदा हो रहा जरूर मेरे एक्सेप्टेशन के दरवाजे बंद ने। कपटदार है दरवाजा, कपाट किवाड़ किवाड़ भी दरवाजे कहते, ये सारे लफज दरवाजे जो दरवाजे का प्रतीक है। तो दरवाजा बंद हो भावें बिल्कुल नाल बाहर ज्ञान खलोता हो अंदर जाने ही नहीं, दरवाजा बंद है। तालाब दे बिल्कुल नाल हो पर विच हो दीवार, सर दे प्यासे दे दरमियान विच दीवार हो गए कि दीवार दे पार भावे चार इंच की दीवार है उनकी प्यास बुझ सकती है? कहने लगे तिखा तिहाया क्यों लहे जा सर भीतर पाल। कहन लगे मेरा मालिक मेरा गुरु जेड़ा है वो तेनू गुरमत समझा रहा है ते दस रहा है रब का राह की है, चाल भी दस रहा है कि ताकि ऐसा ना होवे तेरे जीवन का अंधेरा हो जाए ते तेनू मिलाप ना कर सके, इसलिए ऐस चाल नाल ऐस राहों चलना है ताकि तू समय नाल पहुंच जाए। चाल भी दिखा रहे
पर तेरा दरवाजा बंद है, गुरु नु आवाज देनी पै रही है। और अगली तो अंदर आवाज है वो है कि अंतर कपट चुकावो मेरे गुरसिखो, तुसी तो दरवाजा बंद किया होया गुरु कुछ बोल रहे है। तुसी अंदर खलोते पर सुन भी रहे हो पर समझ नहीं रहे क्योंकि दरवाजा बंद है। वो तो हम चाल दिखा रहे हैं पर दिखावे कि मैं देखो कि मैं क्योंकि अखां बंद रहे इसीलिए गुरु आ रहे हैं अंतर कपट चुका दरवाजा खोल के गुरु नाल आमो सामने सनमुख नहीं होंगे उन्नी देर शब्द की गुरु की समझाई हुई ज्ञान की गल की कमाई नहीं होंगी कमाई नहीं क्योंकि गल कमाई ते है गावत सुनत ते तीजा लफज की है कमावत। गुरु कहते हैं गाव्या सुनिया तिनका हर थान पावे जिन सतगुरु की आज्ञा सत सत कर मन जिन्नी देर कमाई नहीं होंगी उन्नी देर गाव्या सुनिया लिखे नहीं लगता। अज साड़ी हालत है दुनिया अंदर गाव्या सुनिया दे बड़े ठिकाने हो गए ने। अगे पहला कभी इन्ने गुरुद्वारे होंगे सर कदे एने रागी प्रचारक पर ठीक होंगे सर बिल्कुल इवन लोग भी पढ़े लिखे नहीं सर अनपढ़ सर गुटके भी कितने बाजार में थोड़ा मिलते सर भला उस टाइम ते कौन नितनेम रोज पंजा जा सत्ता बाणियों का करता होगा सोचो किन्ने के लोग होंगे। पर केड़ी अजीब गल है दुनिया नालों दुनिया आज नालों बड़ी सुधरी हुई सी झूठ नहीं सी फ्रेब नहीं सी ख्याल करो ये सब कुछ क्यों है उनका कारण है अज गावन सुन तक असी ज्यादा जिसनों कहते कमाई कमावत वाली गल कोई नहीं। भाई गुरदास जी ने बड़ी खूबसूरत गल आखी वो कहन लगे लफज ने कि दुनिया के लोगो एक ख्याल करो कि गाए सुने आखे मीचे पाइए न परम पद पूछत पथक ते मार्ग न धरे पग प्रीतम के देश कैसे बातन सो जाइए पूछत है वैद खाए अवखद न संयम से कैसे मिटे रोग सुख सहज सुनाइए पूछत सुहागन है करम दुहागन कै हृदय विचार तत सेजा बुलाइए ते अगली लाइन है गाए सुने आंखें मीचे पाइए न परम पर। आज साडे कोल जिंदगी अंदर ये दो स्टेप ने गावे ते सुनना और वो जीवन विच धारण करके कमाई करनी प्रैक्टिकल शेप देनी एक कौड़ी सच्चाई है आपां सारे बैठे हाँ नहीं शामिल कभी इस कौड़ी सच्चाई नूं हिरदे विच चाक मार के गिरबा में चाक मार के अपने अंदर ही दसीए ना दुनिया नूं आखना बड़ा औखा होंदा मेरी कमजोरी मैं दुनिया नूं आखा ये बड़ी औखी है पर चलो अपनी कमजोरी मनुख नूं आप भी एहसास होने लग पाए ना तां वी सुधर जांदा आ फर्क है किसे नूं ना दसो पर अपने आप विच तां झात मारो मेरे विच की कमी है। जिस दिन तुसी अपने आप नूं देखना शुरू कर दिता जिस दिन अपने आप नूं समझना शुरू कर दिता उसे दिन सुधार शुरू हो जाएगा। ते मैं जिवें कर्ज कीती सी ना एक ख्याल करियो भी रब ने दो अखां लाईआं ने पर दूजे नूं वेखदीआं ने अपना चेहरा नहीं दिसदा एग्जाम्पल्स ये अखां दो ने पर अखां दूजे नूं देख सकदीआं ने दूजे दे मूंह ते लग्गिया होया दाग इहनूं
ਇੱਕ ਸਕਿੰਟਰ ਚ ਦਿਸਦਾ ਪਰ ਆਪਣੇ ਮੂੰਹ ਤੇ ਲੱਗਿਆ ਹੋਇਆ ਦਾਗ ਇਹਨਾਂ ਅੱਖਾਂ ਨਹੀਂ ਦੇਖ ਸਕਦੀਆਂ। ਇਹ ਇੱਕ ਖਾਣੀ ਰਸਮ ਹੈ। ਕਹਿਣ ਲੱਗੇ ਇਸੇ ਤਰ੍ਹਾਂ ਮਨੁੱਖ ਨੂੰ ਸੁਭਾਅ ਇਹ ਆਪਣੇ ਔਗਣ ਨਹੀਂ ਦੇਖ ਸਕਦਾ। ਜਿਸ ਦਿਨ ਇਹ ਆਪਣੀਆਂ ਕਮੀਆਂ ਦੀ ਪੜਚੋਲ ਕਰਨ ਲੱਗ ਪਿਆ, ਜਿਸ ਦਿਨ ਆਪਣੇ ਆਪ ਨੂੰ ਸਮਝਣ ਲੱਗ ਪਿਆ, ਉਸ ਦਿਨ ਬਦਲ ਜਾਏਗਾ। ਗੁਰੂ ਕਹਿੰਦੇ ਦੁਖਾਂਤ ਇਹ ਵੀ ਇਹ ਗਾ ਸੁਣਦਾ ਰਿਹਾ ਪਰ ਕਮਾਵਤ ਨਹੀਂ। ਇਹ ਸਾਨੂੰ ਸਾਰਿਆਂ ਨੂੰ ਦੇਖਣਾ ਪਏਗਾ। ਭਲਾ ਜਿੰਨਾ ਕੁ ਅਸੀਂ ਗਾਣੇ ਸੁਣਨੇ ਆ ਉਹ ਭਲਾ ਅਸੀਂ ਕਮਾਉਂਦੇ ਵੀ ਹਾਂ, ਇਹ ਤਾਂ ਸਾਨੂੰ ਆਪ ਨੂੰ ਤੇ ਆਪਣਾ ਪਤਾ ਹੋਣਾ ਚਾਹੀਦਾ ਨਾ ਕਿ ਭਲਾ ਗੁਰਬਾਣੀ ਜਿਹੜੀ ਅਸੀਂ ਸੁਣੀਏ ਜਾਂ ਅੱਜ ਸੁਣੀਏ ਜਾਂ ਅੱਜ ਗਾਈਏ ਅਸੀਂ ਕਦੇ ਦੇਖੀਏ ਵੀ ਭਲਾ ਉਹ ਸਾਡੇ ਜੀਵਨ ਵਿੱਚ ਪ੍ਰੈਕਟੀਕਲੀ ਰੂਪ ਵਿੱਚ ਵੀ ਹੈ ਕਿ ਨਹੀਂ ਹੈ। ਬਸ ਮਸਲਾ ਤਾਂ ਇਹ ਭਲਾ ਉਹ ਗੁਰਬਾਣੀ ਜੇ ਪ੍ਰੈਕਟੀਕਲ ਰੂਪ ਵਿੱਚ ਸਾਡੇ ਕੋਲ ਨਹੀਂ ਤਾਂ ਇਹਦਾ ਮਤਲਬ ਅਸੀਂ ਕੇਵਲ ਗਾਵਿਆ ਸੁਣਿਆ ਕਿ ਗੁਰੂ ਨੇ ਆਪਣੀ ਰਸਨਾ ਤੋਂ ਆਖ ਦਿੱਤਾ। ਕਹਿਣ ਲੱਗੇ ਫਿਰ ਨਿਹਾਲ ਕਿਵੇਂ ਹੋਏਗਾ, ਖੁਸ਼ੀਆਂ ਕਿਵੇਂ ਮਾਣੇਗਾ, ਕਿਸੇ ਵੀ ਖੁਸ਼ੀਆਂ ਨਹੀਂ ਮਿਲ ਰਹੀਆਂ ਕਿਉਂਕਿ ਅਸੀਂ ਗੁਰਬਾਣੀ ਸੁਣ ਰਹੇ ਹਾਂ। ਗੁਰੂ ਨੇ ਇਸੇ ਹੀ ਇੱਕ ਗੱਲ ਆਖ ਦਿੱਤੀ, ਕਹਿਣ ਲੱਗੀ ਗੁਰਮਤ ਸੁਣ ਤਛ ਗਿਆਨ ਨਾ ਉਪਜਿਓ। ਗੁਰਮਤ ਸੁਣੀਏ, ਗਾਏ ਸੁਣੇ ਅੱਖੇ ਮੀਚੇ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਏ ਜੋ ਲੋ ਨਾ ਕਮਾਈਏ। ਭਾਈ ਗੁਰਦਾਸ ਜੀ ਕਹਿਣ ਲੱਗੇ ਅੱਖਾਂ ਬੰਦ ਕਰ ਕਰਕੇ ਸਮਾਧੀਆਂ ਲਾ ਲਾ ਕੇ ਤੂੰ ਬਾਣੀ ਪੜ੍ਹੀ ਚੱਲ ਪੂਰੀਆਂ ਸੁਣੀ ਜਾ, ਆਖੇ ਵੀ ਬੜਾ ਨਿਤਨੇਮੀ ਹੈ ਪਰ ਜੀਵਨ ਵਿੱਚ ਉਸ ਗੁਰਬਾਣੀ ਦਾ ਅਸਰ ਪਰਿਵਰਤਨ ਰੂਪ ਵਿੱਚ ਨਾ ਆਵੇ, ਕੋਈ ਤਬਦੀਲੀ ਨਾ ਆਵੇ, ਕੋਈ ਚੇਂਜ ਨਾ ਆਵੇ। ਇੱਕ ਹੋਰ ਕੋਈ ਨਹੀਂ ਦੇਖੇ ਤਾਂ ਤੂੰ ਆਪਣੇ ਆਪ ਨੂੰ ਆਪ ਤੇ ਦੇਖ ਸਕਣਾ ਤਾਂ। ਕਹਿਣ ਲੱਗੇ ਗਾਏ ਸੁਣੇ ਅੱਖੇ ਮੀਚੇ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਹੇ ਜੋ ਲਓ ਨਾ ਕਮਾਈਏ। ਇਸੇ ਲਈ ਸਤਿਗੁਰੂ ਨੇ ਬਾਣੀ ਦੇ ਅੱਜ ਦੇ ਸ਼ਬਦ ਵਿੱਚ ਇੱਕ ਗੱਲ ਆਖੀ, ਇੱਕ ਖਿਆਲ ਕਰੀ, ਗੁਰਬਾਣੀ ਜਿਹੜੀ ਹੈ ਇੱਕ ਬੜਾ ਕੀਮਤੀ ਲਾਲ ਹੈ, ਭਗਤ ਭੰਡਾਰ ਗੁਰਬਾਣੀ ਲਾਲ ਹੈ, ਪਰ ਇਹ ਸਿਰਫ ਗਾਵਤ ਸੁਣਨ ਤੱਕ ਹੀ ਨਾ ਸੀਮਤ ਕਰ। ਪਹਿਲੇ ਦੋ ਲਫ਼ਜ਼ ਤਾਂ ਤੂੰ ਆਪਣੇ ਨਾਲ ਸੰਬੰਧਿਤ ਕਰ ਲੈ, ਗਾਵਤ ਸੁਣਤ, ਪਰ ਨਿਹਾਲ ਦਾ ਲਫ਼ਜ਼ ਜਿੱਥੋਂ ਤੱਕ ਹੈ ਨਾ ਉਹਦੇ ਵਿੱਚ ਇੱਕ ਲਫ਼ਜ਼ ਹੋਰ ਵੀ ਹੈ, ਉਹ ਹੈ ਕਮਾਵਤ। ਜਿੰਨੀ ਦੇਰ ਕਮਾਵਤ ਲਫ਼ਜ਼ ਨੂੰ ਨਹੀਂ ਲੰਘਦਾ ਓਨੀ ਦੇਰ ਨਿਹਾਲ ਦੀ ਮੰਜ਼ਿਲ ਤੱਕ ਨਹੀਂ ਪਹੁੰਚਦਾ। ਕਹਿਣ ਲੱਗੇ ਸੁਰਤੇ
ਕੀ ਕਰ ਰਿਹਾ ਹੈ। ਸਾਡੇ ਕੋਲ ਕੋਈ ਮੰਗਦਾ ਤੇ ਨਹੀਂ ਦੁਨੀਆਂ ਦੇ ਕਿਸੇ ਸ਼ਾਇਰ ਕਿਸੇ ਕਵੀ ਦੀ ਕਵਿਤਾ ਲਿਖੀ ਹੋਵੇ ਨਾ, ਉਹਨੂੰ ਕੋਈ ਫਿਲਮਾਉਣਾ ਚਾਹੇ, ਉਹਨੂੰ ਕੋਈ ਅੱਗੇ ਕਿਸੇ ਤੱਕ ਪਹੁੰਚਾਉਣਾ ਚਾਹੇ, ਉਹਨੂੰ ਇਜਾਜ਼ਤ ਲੈਣੀ ਪੈਂਦੀ ਹੈ। ਇਜਾਜ਼ਤ ਲੈਣੀ ਪੈਂਦੀ, ਫਿਰ ਉਹ ਆਪਣੀਆਂ ਸ਼ਰਤਾਂ ਰੱਖਦਾ। ਕਿਹੜੀ ਅਜੀਬ ਗੱਲ ਹੈ, ਗੁਰੂ ਬਖਸ਼ਣ ਕਰਕੇ ਇੰਨਾ ਕੁਝ ਦੇਈ ਜਾਂਦਾ ਹੈ, ਸਾਡੇ ਗੁਰਦੁਆਰਿਆਂ ਦੀਆਂ ਗੋਲਕਾਂ ਭਰ ਰਹੀਆਂ ਨੇ ਇਸੇ ਬਾਣੀ ਦੀ ਤੁਫੈਲ। ਇਹਨੇ ਤਾਂ ਕਦੀ ਹਿੱਸਾ ਨਹੀਂ ਮੰਗਿਆ, ਇਹਨੇ ਕਦੀ ਹਿੱਸਾ ਨਹੀਂ ਮੰਗਿਆ। ਇਹ ਤੇ ਵੀ ਨਹੀਂ ਕਹਿੰਦਾ ਮੈਨੂੰ ਤੁਸੀਂ ਇਸ ਕਿਸਮ ਦਾ ਰੁਮਾਲਾ ਲਿਆ ਕੇ ਭੇਟ ਕਰੋ, ਕੁਛ ਨਹੀਂ ਮੰਗਦਾ। ਤੇ ਜਿੱਥੇ ਕੁਛ ਨਾ ਰਿਟਰਨ ਮੰਗੀ ਜਾਏ ਉਹਨੂੰ ਕਹਿੰਦੇ ਨੇ ਦਾਨ। ਦਾਨ ਕੀਤੇ ਦੀ ਕੋਈ ਰਿਟਰਨ ਤੇ ਨਹੀਂ ਨਾ ਮੰਗੀ ਜਾਂਦੀ, ਉਹਦੀ ਕੋਈ ਕੀਮਤ ਤੇ ਨਹੀਂ ਨਾ ਮੰਗੀ ਜਾਂਦੀ। ਇਸ ਲਈ ਗੁਰੂ ਜਿਹੜਾ ਗੁਰਮਤ ਦਿੰਦਾ ਹੈ ਨਾ ਸਾਨੂੰ, ਉਹ ਦਾਨ ਵਿੱਚ ਦਿੰਦਾ ਹੈ, ਬਦਲੇ ਵਿੱਚ ਕੁਝ ਵੀ ਮੰਗਦਾ, ਅਸੀਂ ਫਿਰ ਵੀ ਉਹਨੂੰ ਉਹਦੇ ਰੂਪ ਵਿੱਚ ਗੁਰਮਤ ਨੂੰ ਵਰਤ ਨਹੀਂ ਰਹੇ, ਕਿਉਂਕਿ ਅਸੀਂ ਗੁਰਮਤ ਵਿੱਚੋਂ ਜਿਹੜਾ ਗਿਆਨ ਜਨਮ ਲੈਣਾ ਸੀ ਉਹ ਨਹੀਂ ਪ੍ਰਾਪਤ ਕਰ ਲਿਆ। ਗੁਰੂ ਕਹਿੰਦੇ ਸੁਣੇ ਤੱਕ ਨਾ ਰਹੇ, ਕਮਾਵੇ ਤੱਕ ਪਹੁੰਚ। ਜੋ ਕੁਝ ਤੈਨੂੰ ਗੁਰੂ ਗੁਰਮਤ ਵਿੱਚ ਸਮਝਾ ਰਿਹਾ ਤੇ ਤੂੰ ਸੁਣ ਰਿਹਾ, ਉਹ ਤੇਰੇ ਜੀਵਨ ਦਾ ਮੇਰੇ ਜੀਵਨ ਦਾ ਹਿੱਸਾ ਬਣ ਜਾਏ। ਇਹਨਾਂ ਸ਼ਬਦਾਂ ਨਾਲ ਕੁਰਮਾ ਦਾ ਜਾ ਚੱਕਾਂ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।